जिला नवा शहर के बहराम का रहने वाला व्यक्ति पिछले करीब 4 महीने से गायब है, लेकिन 2 थानों की पुलिस इस बात को लेकर अभी तक व्यक्ति को ढूंढ नहीं पाई है कि केस किस थाने के अंतर आता है, जिसके कारण परिवार वाले दोनों थानों के चक्कर लगा रहे हैं, लेकिन हर बार उन्हें यह कह दिया जाता है कि ये केस दूसरे थाने के अंतर आता है। पूरा मामला यह है कि बहराम गाँव का रहने वाला रमेश कुमार एक निजी फैक्ट्री में काम करता है और कुछ महीने पहले एक चाय की पटरी लगाने वाले मोनू के साथ उत्तराखंड के हरिद्वार के नजदीक कलियर दरगाह में माथा टेकने गया था। उसके बाद से वह घर वापस नहीं आया। जिस मोनू के साथ माथा टेकने के लिए गया था वह वहाँ से वापस आ गया और उसके पास से नरेश का सामान भी मिला है जो ले गया सीगा। मोनू ओदा ना आया, कोल थले रहंदा आ ते कहंदा मत्था टेकन जाना ते मैनू ऐतवार फोन आया मैं 9-10 बजे आ जाऊंगा और नहीं रात को 12 बजे फोन बंद हो गया। ਅਸੀਂ ਫਿਰ ਫੋਨ ਕਰਦੇ ਰਹੇ, ਸਾਨੂੰ ਕੋਈ ਉਹਦੀ ਸੁਣਵਾਈ ਨਹੀਂ ਹੋਈ। ਮੈਨੂੰ ਕਹਿੰਦਾ ਬੀਬੀ ਬੋਲੀ ਨਾ, ਮੈਂ 9-10 ਵਜੇ ਆ ਜਾਣਾ। ਮੈਨੂੰ ਛੱਡ ਨਹੀਂ ਸੀ ਸਕਦਾ, ਬਰਾਮ ਰਹਿੰਦਾ ਸੀਗਾ। ਫਿਰ ਅਸੀਂ ਫਗਵਾੜੇ ਗਏ ਹਾਂ, ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ। ਮੈਂ ਕੱਲ੍ਹ ਵੀ 2 ਵਾਰੀ ਫੋਨ ਕੀਤਾ ਉਹਨਾਂ ਨੂੰ ਅਤੇ ਸਾਡੀ ਸੁਣਵਾਈ ਨਹੀਂ ਕੀਤੀ। ਫਿਰ ਮੈਂ ਬਰਾਮ ਗਈ ਹਾਂ, ਬਰਾਮ ਵਾਲੇ ਵੀ ਨਹੀਂ ਸੁਣਦੇ ਹੈਗੇ। ਤਾਂ ਫਿਰ ਅਸੀਂ ਨਵੇਂ ਸ਼ਹਿਰ ਪੇਸ਼ ਹੋਏ ਹਾਂ, ਉਹਨਾਂ ਨੇ ਸਾਨੂੰ ਬਰਾਮ ਤੋਂ ਫਗਵਾੜੇ ਭੇਜਿਆ। ਫਿਰ ਫਗਵਾੜੇ ਵਾਲੇ ਨੇ ਸਾਨੂੰ ਕਪੂਰਥਲੇ ਭੇਜਿਆ। ਹੁਣ ਉੱਥੋਂ ਅਫਸਰਾਂ ਦੇ ਫੋਨ ਆਉਂਦੇ ਆ ਅਤੇ ਉਹਨੂੰ ਫੜਦੇ ਨਹੀਂ, ਨਾ ਉਹ ਗੱਲ ਕਰਦਾ। ਮਾਤਾ ਜੀ ਜਿਹੜਾ ਮੋਨੂ ਹੈਗਾ ਵਾ, ਕਿਹਨੂੰ ਲੈ ਕੇ ਗਿਆ, ਤੁਹਾਡਾ ਕੌਣ ਲੱਗਦਾ ਸੀ? ਮੇਰਾ ਦੋ ਤਾਂ ਲੱਗਦਾ, ਨਰੇਸ਼ ਕੁਮਾਰ ਜੀ, ਨਰੇਸ਼ ਕੁਮਾਰ ਆ ਉਹਦਾ ਨਾਂ ਅਤੇ ਉਹਦੇ ਮਾਂ ਪਿਓ ਹੈ ਨੇ। ਤੇ ਮਾਤਾ ਜੀ ਕੰਮ ਕਰ ਕੀ ਕਰਦਾ ਸੀ? ਜੀ ਐਨ ਲੱਗਾ ਸੀਗਾ ਜੀ, ਟਰੱਕਾਂ ਦੇ ਐਕਸਲ ਬਣਦੇ ਆ, ਉੱਥੋਂ ਲੈ ਕੇ ਗਏ। ਪਹਿਲਾਂ ਉਹਦੀ ਜਾਣ ਪਛਾਣ ਸੀ ਉਸ ਕਿਤਾਬ? ਨਾ ਜੀ, ਮੈਂ ਕੋਈ ਪਛਾਣ ਨਹੀਂ, ਨਾ ਮੈਂ ਇੱਦਾਂ ਕਦੀ ਕਿਤੇ ਗਈ ਹਾਂ, ਨਾ ਮੈਂ ਮੁੰਡੇ ਨੂੰ ਜਾਣਦੀ ਹਾਂ। ਜਬ ਪਹਿਲੀ ਆਪਨੇ ਕੰਪਲੇਂਟ ਦਿੱਤੀ ਪੁਲਿਸ ਕੋ, ਤਾਂ ਪੁਲਿਸ ਵਾਲਿਆਂ ਨੇ ਕੀ ਕਿਹਾ ਤਾ ਔਰ ਕਿੰਨਾ ਵਕਤ ਹੋ ਚੁੱਕਾ ਉਸ ਕੰਪਲੇਂਟ ਕੋ ਦੇ? ਉਹਨੂੰ ਜੀ 4th ਮਹੀਨਾ ਲੱਗ ਗਿਆ, 14 ਤਰੀਕ ਤੋਂ। ਜਬ ਆਪ ਬਹਿਰਾਮ ਪੁਲਿਸ ਕੇ ਪਾਸ ਜਾਤੇ ਹੈ ਤਾਂ ਉਨਕੇ ਦੁਆਰਾ ਕੀ ਕਿਹਾ ਜਾਤਾ? ਉਹ ਕਹਿੰਦੇ ਜੀ ਅਸੀਂ ਮੋਨੂ ਨੂੰ ਫੜਾਂਗੇ। 3 ਵਾਰੀ ਫੜਨ ਗਏ ਆ ਅਤੇ ਫਿਰ ਪਹਿਲਾਂ 2-3 ਵਾਰੀ ਲੈ ਕੇ ਨਹੀਂ ਆਏ। ਫਿਰ ਜੇ ਲੈ ਕੇ ਆਇਆ ਤਾਂ ਕਹਿੰਦਾ ਜੀ ਮੈਂ ਮੁੰਡਾ ਤੁਹਾਡਾ ਪੇਸ਼ ਕਰ ਦੂੰਗਾ। 3 ਦਿਨਾਂ ਬਾਅਦ ਫਿਰ ਮੇਰਾ ਬੇਟਾ ਗਿਆ, ਨਾਲ ਗਿਆ ਕਲੀਅਰ ਸ਼ਰੀਫ ਅਤੇ ਖਾਲੀ ਮੁੜ ਕੇ ਆ ਗਏ। ਜੋ ਮੋਨੂ ਹੈ ਉਹ ਵਾਪਸ ਆ ਗਿਆ ਹੈ ਜਾਂ ਬੇਬੀ? ਹਾਂਜੀ, ਉਹ ਵਾਪਸ ਆ ਗਿਆ। ਉਹਦੇ ਕੋਲ ਕਿੱਟ ਵੀ ਆ, ਟਿਫਨ ਰੋਟੀ ਵਾਲਾ, ਖੂਨ ਨਾਲੇ ਬੜੀ ਕਮੀਜ਼ ਹੈ। ਉਸਨੇ ਮੇਰੇ ਸਾਥ ਕੋਈ ਬਾਤ ਨਹੀਂ ਕੀਤੀ, ਸਾਡੀ ਪੰਚਾਇਤ ਨੇ ਮੈਂਬਰਾਂ ਨੇ ਗੱਲ ਕੀਤੀ ਉਹਦੇ ਨਾਲ, ਕਹਿੰਦਾ ਮੈਂ ਲੈ ਕੇ ਗਿਆ ਆ ਤਾਂ ਲੈ ਕੇ ਆਊਂਗਾ, ਵਾਅਦਾ ਕੀਤਾ। ਪੁਲਿਸ ਕੇ ਇਲਾਵਾ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਯਹਾਂ ਕੇ ਵਿਧਾਇਕ ਯਾ ਕਿਸੀ ਐਮਪੀ ਸੇ ਬਾਤਚੀਤ ਕੀ ਆਪਨੇ? ਨਹੀਂ ਜੀ, ਕੀਤੀ ਕਿੰਨੇ ਨਾ, ਮੈਂ ਅਨਪੜ੍ਹ ਹੈਗੀ, ਹੋਰ ਮੈਨੂੰ ਉਹਨਾਂ ਦੇ ਨਾਮ ਨਹੀਂ ਆਉਂਦੇ ਹੈਗੇ। ਕੀਤੀ ਸਾਰਿਆਂ ਨੇ, ਬਸ ਸੁਣਵਾਈ ਨਹੀਂ ਹੋਈ। 4 ਮਹੀਨੇ ਹੋ ਚੁੱਕੇ ਆ, ਮਾਤਾ ਫੋਨ ਕੱਟ ਦੇ, ਮਾਤਾ ਫੋਨ ਕੱਟ ਦੇ, ਫਗਵਾੜੇ ਵਾਲਿਆਂ ਨੇ ਮੇਰੇ ਕੋਲ ਆ ਕੱਲ ਕੋ ਜਵਾਬ ਦਿਆ। ਰਿਸ਼ਤੇ ਮੇਂ ਜੋ ਮੇਰਾ ਬਾਂਝਾ ਲੱਗਤਾ ਹੈ, ਤੋ ਮਾਮਲਾ ਐਸਾ ਹੈ, ਜਬਕਿ ਯਹਾਂ ਸੇ ਗਰ ਸੇ ਗਿਆ ਡਿਊਟੀ, ਸੁਬਹਾ ਟਾਈਮ ਸੇ ਗਿਆ, ਤੋ ਯਹਾਂ ਵੇ ਐਂਟਰੀ ਹੁਆ, ਐਂਟਰੀ ਹੋਣ ਕੇ ਬਾਅਦ ਉਹ ਸ਼ਾਮ ਕੋ ਛੁੱਟੀ ਕੀ ਆ, ਇਸਕਾ ਇੱਕ ਯਾਰ ਦੋਸਤ ਸਾਹਮਣੇ ਚਾਹ ਗਿਆ, ਦੁਕਾਨ ਰੇਹੜੀ ਲਗਾਇਆ ਥਾ, ਰੇਹੜੀ ਲਗਾਉਣ ਕੇ ਕਾਰਨ ਇਸਕੀ ਕੋਈ ਉੱਠਣੀ ਬੈਠਣੀ ਯਾਰੀ ਦੋਸਤੀ ਮੇਂ, ਕੋਈ ਚਾਹ ਕੀ ਰੇਹੜੀ ਥੀ ਉਸਕੀ, ਚਾਹ ਚੂਹੇ ਪੀ ਰਹਾ ਥਾ ਕੋਈ ਚਲਤਾ ਯਾਰ ਦੁਕਾਨ ਮੇਂ, ਔਰ ਜਬ ਸ਼ਾਮ ਕੋ ਛੁੱਟੀ ਕੀ ਆ, ਉਸਨੇ ਯੇ ਬਤਾਇਆ ਵੀ ਤੂਨੇ ਮੱਥਾ ਟੇਕਣੇ ਜਾਣਾ। ਉਹ ਬੋਲਤਾ ਕਹਾਂ ਜਾਣਾ, ਨਰੇਸ਼ ਨੇ ਜੈਸੇ ਬਤਾਇਆ, ਉਸਨੇ ਲੜਕੇ ਨੇ ਬਤਾਇਆ, ਉਸ ਹਿਸਾਬ ਸੇ ਮੈਂ ਨਰੇਸ਼ ਕੀ ਬਾਤ ਕਰ ਰਹਾ ਹੂੰ। ਉਹ ਕਹਿੰਦੇ ਚਲੋ ਚਲੇਗੀ, ਕਹਿੰਦੇ ਕਲੀਅਰ ਜਾਣਾ, ਕਹਿੰਦੇ ਕਲੀਅਰ ਕਹਾਂ ਪੜਤਾ, ਕਹਿੰਦੇ ਰੁੜਕੀ ਸਟੇਸ਼ਨ 'ਤੇ ਥੋੜ੍ਹਾ 30 ਕਿਲੋਮੀਟਰ ਆ ਗਏ। ਤੋ ਉਸਕੇ ਬਾਅਦ ਉਹ ਵਹਾਂ ਸੇ ਫੈਕਟਰੀ ਸੇ ਲੈ ਗਿਆ, ਛੁੱਟੀ ਕਰਨ ਕੇ ਬਾਅਦ ਇਹ ਵਹਾਂ ਪੇ ਪਹੁੰਚੇ ਆ, ਮੇਰੇ ਕੋਲ ਨਹੀਂ ਪਤਾ, ਇਹ ਆਪਣੇ ਘਰ ਲੈ ਗਿਆ, ਵਹਾਂ ਸੇ ਖਾਣਾ ਖੁਣਾ ਖਾਇਆ, ਖਾਣਾ ਖੁਣਾ ਖਾ ਕੇ ਉਸਕੀ ਮੋਨੂ ਕੀ ਘਰਵਾਲੀ ਔਰ ਮੋਨੂ ਔਰ ਹਮਾਰਾ ਲੜਕਾ ਇਹ ਤਿੰਨੋਂ ਕੋ ਉਸਕੀ ਘਰਵਾਲੀ ਛੋੜ ਕੇ ਆਈ ਵਹਾਂ ਪੇ ਸਟੇਸ਼ਨ ਪੇ। ਇਹ ਨਹੀਂ ਪਤਾ 10 ਵਜੇ ਕੀ ਗਾੜੀ ਬੈਠੇ ਆ, ਕਿਤਨੇ ਵਜੇ, ਯਾਨੀ ਕਿ ਆਪਣੀ ਰਜ਼ਾਮੰਦੀ ਕੇ ਸਾਥ ਗਿਆ ਤਾਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਥੀ ਉਸਕੇ ਸਾਥ? ਨਹੀਂ ਨਹੀਂ, ਇਹ ਹੁਣ ਪਤਾ ਨਹੀਂ ਸੀ ਕੋਈ ਜ਼ੋਰ ਜ਼ਬਤੀ ਜੈਸੇ ਹੈ ਜਾਂ ਜੈਸੇ ਕੋਈ ਜ਼ੋਰ ਜ਼ਬਤੀ ਹੈ ਜਾਂ ਪਿਆਰ ਸੇ ਲੈ ਗਿਆ, ਮੇਰੇ ਕੋਲ ਇਸੇ ਨਹੀਂ ਦੂਸਰਾ ਮੇਰੇ ਕੋਲ ਪਤਾ ਇਸ ਚੀਜ਼ ਦਾ। ਠੀਕ ਹੈ, ਬਾਕੀ ਗਏ ਇੱਕ ਸਾਥ ਹੈ।
सर, 4 महीने से आपके पास एक मामला आया हुआ है, क्या है पूरा मामला? और जो एक व्यक्ति जिसको साथ लेके गया था उसको भी आपने बुलाया था, अभी तक इन्वेस्टिगेशन में क्या सामने आया? इतने दसने जो गल है कि नरेश कुमार उम्र करीब 29 साल, ये वासी फराला पिंड का, थाना बहराम, जिला नवांशहर, इतने वजीदोवाल फैक्ट्री एक्सलां दी उत्थे काम करता सीगा। इहदे एक दोस्त मोनू आ जो मिली दे रहण वाला, ये मेरी पोस्टिंग तो पहलों की गल है कि मोनू तो ये नरेश कुमार दोवें आपस च दोस्त सीगे। जदों मैं आया मैनूं पता लगा कि इत्थे एक कंप्लेंट इहदे बारे चल रही है, वारस मैनूं मिले आण के, जो मैं वेरीफाई किया सारा कि वजीदोवाल फैक्ट्री काम जरूर करता पर उतों नहीं गया, ये मिली आ मेरी तो मोनू तो नरेश 16 तरीक न 16/4 ये कलिया शरीफ गए आ। इहदी पत्नी जिहड़ी वो आपदी एक्टिवा ते इन्हां नूं चढ़ा के आई आ, ये उत्थे फिर अपनी नानी दरखास्त करता आशा राणी ने गलबात करता रहा, उन्होंने ये गल कहिंदा रहा कि मैं वापस आ रहा, मैं वापस आ रहा। जो बाद विच पता लगा कि जिहड़ा ये मोनू आ ये वापस आ गया पर नरेश कुमार वापस नहीं आया, जिस संबंधी इन्हें नवें शहर दरखास्त दित्ती सी, जो उत्थे पता लगा उन्होंने कहा कि साडा वकूआ नहीं है, कि ये वकूआ थाना सदर नाल संबंधित आ। जदों कि ठीक है फैक्ट्री साढ़े पैंदी आ, मोनू जिहड़ा वा वह मेली दे रहण वाला थाना बहराम दे, और ये लड़का जिहड़ा लभ नहीं रहा ये भी बहराम दे रहण वाला, बाकी फिर भी मेरे को आए आ। मैं इंसानियत तौर पर भाईचारा तौर पर वारसा ला के मोनू भी पूछया सी, वह कहता कि वह आ गया सी, वो शायद उत्थे कोई चोरी वगैरह के केस फड़िया जा की आ, तो मैं मुड़े आया तो मगर वो क्लीयर नहीं किया। इस संबंधी मैं एस एच ओ बहराम ने भी गल की कि मैं तुहाडा मैटर इहनू सोल्व करो, उन्होंने नहीं किया। अज फिर ये कितने वारस गए मेरे को आए आ, बाकी कोई नहीं, मैं इंसानियत तौर पर वकूआ हुंदा ना हुंदा होया भी इहनू वेरीफाई करके तत्थां दे आधार ते कार्रवाई करांगे। इन्हों की दरखास्त जी साढ़े को आ गई है, मैं एस आई जसविंदर सिंह की ड्यूटी लाई है, मैं अपना इंट्रस्ट लैके मैटर में जल्द तो जल्द निपटाऊंगा। घरदिया का यह भी कहना है कहते कि जो तुम गल की कि दो थाने कन्फ्यूजन बड़ी हो रही है, वह कहते कि साढ़े वक्त पाच नहीं आता, तुम कह रहे नहीं आता, पर तुम चलो हूँ कह रहे कि असं कार्रवाई करा, लगता शायद यही कारण कि 4 महीने का समा गुजर गया। नहीं ये नहीं है, ये दिन की दरखास्त उत्थे ही नवें शहर, जो मेरे को आए पता किया कि नवें शहर दरखास्त चलती है, क्योंकि मेरी जिहड़ा पिंड आ वह भी थाने बहराम च पैंदा, इन्हां दा भी थाने बहराम च पैंदा, उन्हां दा कार्रवाई करना बनता है, उन्हें क्यों साडे वाले लिया बारे मैं कुछ नहीं कह सकता, तो वही एस एच ओ साहब दस सकते।